ਜਿਹੜਾ ਮੇਨ ਤਾਂ ਟੈਂਕ ਹੈਗਾ ਨਾ 1500 ਲੀਟਰ ਦਾ ਟੈਂਕ ਆ ਹਾ ਜਿਹੜਾ ਉਹਦੇ ਹਟ ਗਿਆ ਨੇ ਪੱਟ ਲਿਆ ਆ ਪਲੇਟ ਨਾ ਰਾਤ ਟੁੱਟ ਗਈ ਸੀਗੀ ਆ ਦੇਖੋ ਮੈਂ ਆਪ ਹੀ ਘਰੇ ਬਹਿ ਕੇ ਕੀਤੀ ਆ ਠੀਕ ਇਹ ਆਹ ਵੀ ਆਪਣੀ ਥੋੜੀ ਬਿੰਗੀ ਹੋਈ ਹੋਈ ਆ ਇਹਦਾ ਵੀ ਹੱਲ ਕਰਨਾ ਪੈਣਾ ਕੋਈ ਆਹ ਦੇਖ ਆਹ ਸਾਫ਼ ਕਰਾਉਣਾ ਜਿਹੜੀ ਆਹ ਹਾਲਤ ਹੋਈ ਆ ਮਾੜਾ ਮਾੜਾ ਹਾਲ ਹੋਇਆ ਪਿਆ ਆ ਮਗਰੋਂ ਕਹਿੰਦੇ ਮੁੰਡਾ ਅੱਜ ਕਿੰਨੇ ਸਾਲਾਂ ਬਾਅਦ ਦੀਵਾਲੀ 8 ਸਾਲਾਂ ਬਾਅਦ ਸਵਾਗਤ ਆ ਜੀ ਸਭ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਮੇਰੇ ਵੀਰੋ ਆਪਾਂ ਆਏ ਹਾਂ ਸਪਰੇ ਕਰਨ ਉਹ ਦੇਖੋ ਚੱਲੀ ਜਾਂਦਾ ਕੰਮ ਇਹ ਜਿਹੜੀ ਰਾਤ 'ਚ ਕਣਕ ਬੀਜੀ ਸੀ ਜਿਹੜੀ ਅਗਲੇ ਦਿਨ ਨਹੀਂ ਹੁੰਦੀ ਉਹ ਕੱਖਾਂ ਵਾਲੀ ਸਪਰੇ ਉਹ ਕਰਨ ਆਏ ਆਪਾਂ ਰਾਤ ਹੀ ਬੀਜੀ ਤੀ ਸਵੇਰੇ ਹੀ ਆਪਾਂ ਮਤਲਬ 5 ਕੁ ਵਜੇ ਆ ਗਏ ਸੀਗੇ ਸਪਰੇ ਕਰਨ ਬਾਕੀ ਉਹ ਦੇਖੋ ਉੱਧਰ 2 ਕਿੱਲੇ ਕਰਤੇ 2-4 ਕਰਤੇ ਮਤਲਬ ਉਹ ਪਰਲਾ ਕਿਆਰਾ ਵੀ ਕਰਿਆ ਹੁਣ ਉਰਲੇ 'ਚ ਲੱਗੇ ਹੋਏ ਨੇ ਇਹ ਆਹ ਆਖਰੀ ਆ 2.5 ਕਿੱਲੇ ਨੇ ਇਹ ਅਤੇ ਬਾਕੀ ਚਲੋ ਫਿਰ ਸਪਰੇ ਕਰਕੇ ਫਿਰ ਪਿੰਡ ਨੂੰ ਚੱਲਦੇ ਹਾਂ ਆਪਾਂ ਹੈਗੇ ਹਾਂ 6 ਜਣੇ ਗੁੱਡੂ ਹੁਣੀ ਸਾਰੀ ਵਿੱਚ ਫਿਰਦੇ ਆ ਬਾਕੀ ਆਹ ਵਾਲਾ ਪੰਪ ਚੈੱਕ ਕਰੋ ਮੇਰੇ ਵੀਰੋ ਪੀ ਟੀ ਓ ਵਾਲਾ ਪੰਪ ਆ ਇਹਦਾ ਜਿਹੜਾ ਮੇਨ ਤਾਂ ਟੈਂਕ ਹੈਗਾ ਨਾ 1500 ਲੀਟਰ ਦਾ ਟੈਂਕ ਆ ਜਿਹੜਾ ਉਹਦੇ ਕਰਕੇ ਨਾ ਇੱਕ ਵਾਰ 'ਚ ਹੀ ਹੋ ਜਾਂਦੀ ਹੈ ਜਿਵੇਂ ਜਿਹੜਾ ਦੂਜਾ ਆਪਾਂ ਇੱਕ ਸਪਰੇ ਵਾਲਾ ਟੈਂਕ ਲਿਆਏ ਸੀਗੇ ਟਰੈਕਟਰ ਦੇ ਮਗਰ ਪੈ ਕੇ ਜਿਹੜਾ ਚੱਲਦਾ ਹੁੰਦਾ ਉਹ ਹੈਗਾ 400 ਲੀਟਰ ਦਾ ਉਹ ਇੰਨੀ ਟੈ ਜਿੰਨੀ ਆਹ ਸਪਰੇ ਆਪਾਂ ਕਰਦੇ ਹਾਂ 7 ਕਿੱਲਿਆਂ ਦੀ ਸਪਰੇ ਕੀਤੀ ਆ ਇਹ 3 ਵਾਰ ਭਰਨਾ ਪੈਣਾ ਸੀ ਉਹ ਇੱਕ ਵਾਰ 'ਚ ਹੀ ਸਰ ਗਿਆ ਦੇਖ ਲਓ 1500 ਲੀਟਰ ਹਜੇ ਵੀ ਖਾਸ ਹੀ ਪਈ ਆ ਇਹ 2.5 ਕਿੱਲੇ ਹੀ ਰਹਿੰਦੇ ਦਿਖਾਉਣਾ ਹਲੇ ਵੀ ਚੰਗੀ ਸਪਰੇ ਪਈ ਆ ਬਾਕੀ ਕੰਮ ਬਹੁਤ ਵਧੀਆ ਕਰਦਾ ਪੈਪ ਖਿੱਚਣ ਨੂੰ ਵੀ ਨਹੀਂ ਜੋੜ ਲਾਉਣ ਦੀ ਲੋੜ ਆ ਦੇਖੋ ਆਹੀਂ ਚੱਕ ਦੇਣਾ ਪੈਪ ਇਹਨੇ ਖਿੱਚ ਲੈਣੀਆਂ ਏ ਲਪੇਟੀ ਜਾਣੀਆਂ ਉਹ ਘੁਮਾਉਣ ਦੀ ਲੋੜ ਨਹੀਂ ਪੈਣੀ ਬਾਕੀ ਚਲੋ ਫਿਰ ਉਹ ਲੱਗੇ ਪਏ ਨੇ ਸਪਰੇ ਕਰਨ ਕਰ ਲੈਣ ਉਹਨਾਂ ਨੂੰ ਬਾਕੀ ਆ ਇਹਦੇ ਮਗਰ ਪਾਇਆ ਹੋਇਆ ਪੰਪ 72-50 DI ਇਹ ਪੰਪ ਹੈਗਾ ਆਪਣੇ ਮੈਂਬਰ ਹੁਣਾਂ ਦਾ ਜਿਨ੍ਹਾਂ ਦੀਆਂ ਆਪਾਂ ਟਰਾਲੀਆਂ ਕਢਾਈਆਂ ਸੀ ਉਦੋਂ ਆਹ ਦੇਖੋ ਮੇਰੇ ਵੀਰੋ ਮਗਰ 69-11 ਕਹਿੰਦੇ ਛੱਡਿਆ ਹੋਇਆ ਆਪਣਾ 69-11 ਲਾ ਲਾ ਜ਼ੋਰ ਲਾ ਓਏ ਓਏ ਸਲਿੱਪ ਕਰ 69-11 ਮਿਸ ਮਾਰਦਾ ਗੁਲਾਬੀ 69-11 ਖਿੱਚ 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 ਪੈ ਚੱਲ ਲਾ ਜ਼ੋਰ ਚੱਕਰ ਤੋੜ ਗਿਆ 69-11 ਪੱਟ ਲਿਆ ਡਿੱਗ ਪਿਆ 69 ਮੇਰੇ ਵੀਰੋ ਸਪਰੇ ਸਾਰੀ ਹੋ ਗਈ ਬਾਕੀ ਆ ਨਾ ਥੋੜ੍ਹਾ ਜਿਹਾ ਇੱਧਰ ਉਹ ਦਾਣੇ ਨੰਗੇ ਰਹਿ ਗਏ ਸੀ ਗੁੱਡੂ ਨੇ ਜਗਾੜ ਬਣਾਇਆ ਕਿਉਂ ਗੁੱਡੂ ਦੇਖੋ ਇੱਧਰ ਸੁਹਾਗਾ ਬਣਾ ਲਿਆ ਛੋਟਾ 2 ਇੱਟਾਂ ਲਾ ਕੇ ਤਾਰਨਾ ਬੰਨ ਕੇ ਉਹ ਦੇਖੋ ਹੁਣ ਇੱਧਰ ਢੱਕਦਾ ਜਾਂਦਾ ਉੱਤੇ ਦਾਣੇ ਉਹਦੇ ਮੂਹਰੇ ਜਿਵੇਂ ਨੰਗੇ ਆ ਉੱਤੋਂ ਦੀ ਆਏ ਸੁਹਾਗਾ ਤੂੰ ਰੋਂਗ ਸਾਈਡ ਲੈ ਕੇ ਜਾਂਦਾ 69-11 ਸੁਹਾਗਾ ਛੋਟਾ ਹੈ ਨਾ ਜੋੜ ਨਹੀਂ ਮੰਨਦਾ 10-12 ਇੱਟਾਂ ਹੁੰਦੀਆਂ ਫਿਰ ਤਾਂ ਗੱਲ ਬਣਦੀ ਚੱਲ ਹੁਣ ਉਹ ਗਾਹਾਂ ਚੱਲ ਬਾਕੀ ਬਸ ਆਲੇ ਦੁਆਲੇ ਗੇੜਾ ਦੇ ਕੇ ਫਿਰ ਚੱਲਦੇ ਹਾਂ ਪਿੰਡ ਨੂੰ ਆ ਕੇ ਘੋੜੀਆਂ ਘੋੜੀਆਂ ਵੀ ਦੇਖ ਦੇਣੀਆਂ ਗੁੱਡੂ ਨੇ ਕੀ ਖਾਣਾ ਅੱਜ ਗੁੱਡੂ ਕੀ ਕਹਿੰਦਾ ਜੀ ਕਹਿੰਦਾ 9 ਨਾਨ ਖਾਣੇ ਆ 9 ਇਕੱਲੇ ਨੇ ਤਾਂ 9 ਖਾ ਜਾਣੇ ਆ ਅੱਛਾ 4 ਬੰਦਿਆਂ ਨੇ ਲਓ ਜੀ ਮੇਰੇ ਵੀਰੋ ਘਰੇ ਆ ਗਏ ਮੈਸੀ ਵੀ ਆ ਪਹੁੰਚ ਗਿਆ ਅਤੇ ਆ ਦੂਜਾ ਮੈਸੀ ਵੀ ਪਹੁੰਚ ਗਿਆ ਥਾਰ ਵੀ ਪੌੜੇ ਖੜਾਤੀ ਲਓ ਜੀ ਮੇਰੇ ਵੀਰੋ ਅਤੇ ਆਪਾਂ ਘਰੇ ਆ ਗਏ ਸੀਗੇ ਅਤੇ ਆਹ ਪਲੇਟ ਨਾ ਰਾਤ ਟੁੱਟ ਗਈ ਸੀਗੀ ਆਹ ਦੇਖੋ ਮੈਂ ਆਪ ਹੀ ਘਰੇ ਬਹਿ ਕੇ ਕੀਤੀ ਆ ਠੀਕ ਇਹ ਆ ਮਗਰੋਂ ਲੈ ਗਿਆ ਸੀ ਮੈਂ ਸਾਰੀ ਉਹ ਫੈਵੀਕਵਿਕ ਲਾ ਕੇ ਉੱਤੋਂ ਦੀ ਫਿਰ ਆਹ ਟੇਪਾਂ ਟੁੱਪਾਂ ਕਰਕੇ ਦੁਬਾਰੇ ਠੀਕ ਕਰ ਲਈ ਇਹਦੀਆਂ ਤਾਰਾਂ ਖਰਾਬ ਹੋਈਆਂ ਹੋਈਆਂ ਦੂਜੀਆਂ ਉਹ ਤਾਰਾਂ ਆਪਾਂ ਨੂੰ ਨਵੀਆਂ ਪਾਉਣੀਆਂ ਪੈਣੀਆਂ ਰਾਤ ਮੈਂ ਖੋਲੀਆਂ ਸੀਗੀਆਂ ਆਹ ਪਲੇਟ ਦਾ ਵੀ ਹਾਲ ਦੇਖ ਲਓ ਇਹਦਾ ਵੀ ਕੋਈ ਨਹੀਂ ਜਾ ਕਰਾਉਂਦੇ ਹਾਂ ਹੱਲ ਜੀ ਆਰ ਕੋਲ ਹੀ ਚੱਲਦੇ ਹਾਂ ਹੁਣ ਆਪਾਂ ਉੱਥੋਂ ਹੀ ਕਰਾਉਣਾ ਨਾਲੇ ਹੋਰ ਸਪੀਕਰਾਂ ਦਾ ਵੀ ਕੰਮ ਕਰਾਉਣਾ ਜਿਹੜੇ ਸਪੀਕਰ 2 ਖਰਾਬ ਹੋ ਗਏ ਅਤੇ ਚੱਲ ਕੇ ਦਿਖਾਉਂਦੇ ਹਾਂ ਤੁਹਾਨੂੰ ਅਤੇ ਆਹ ਪਲੇਟ ਵੀ ਲਵਾਉਂਦੇ ਚੱਲ ਕੇ ਲਓ ਜੀ ਮੇਰੇ ਵੀਰੋ ਡਰੀਮ ਵਾਲੇ ਬਾਈਕ ਆ ਗਏ ਸੀ ਆਪਾਂ ਅਤੇ ਆਹ ਸਪੀਕਰ ਦਿਖਾਉਣ ਲੱਗੇ ਹੋਏ ਹਾਂ ਦੋਨੇ ਖੜੇ ਇੱਧਰ ਦੇ ਛਣ ਛਣ ਜੀ ਕਰੀ ਜਾਂਦੇ ਆ ਹੁਣ ਟੈਸਟਿੰਗ ਹੋ ਰਹੀ ਆ ਬਾਕੀ ਉੱਧਰ ਆਪਣੀ ਪਲੇਟ ਚੱਲਦੀ ਹੋ ਗਈ ਜੇ ਆਰ ਨੂੰ ਦਿਖਾ ਤੀ ਆਹ ਵੀ ਆਪਣੀ ਥੋੜ੍ਹੀ ਬਿੰਗੀ ਹੋਈ ਹੋਈ ਆ ਇਹਦਾ ਵੀ ਹੱਲ ਕਰਨਾ ਪੈਣਾ ਕੋਈ ਆਹ ਦੇਖੋ ਰਾਬਟਾਂ ਬਦਲਣੀਆਂ ਪੈਣੀਆਂ ਜਾਂ ਤਾਂ
ਆਪਾਂ ਹੀ ਪਤਾ ਜੀ। ਲਓ ਜੀ ਮੇਰੇ ਵੀਰੇ, ਇੱਧਰ ਆਹ ਡਬਲ ਟੇਪ ਲਾਉਂਦਾ ਸੀ ਬਾਈ ਆਪਣੇ, ਆਹ ਚੱਲਦੇ ਹੋ ਗਏ ਸਪੀਕਰ, ਇਹ ਖੜ੍ਹੇ ਤਾਂ ਸੀਗੇ ਜਿਹੜੇ ਆ ਪਲੱਗ ਨੇ, ਸਾਰੇ ਪਲੱਗ ਆ ਜਿਹੜੇ ਇਹਨਾਂ 'ਚ ਮਿੱਟੀ ਫਸ ਗਈ ਸੀਗੀ ਤਾਂ ਖੜ੍ਹ ਗਏ ਸੀ। ਬਾਈ ਕਹਿੰਦੇ ਇੱਕ ਵਾਰ ਨਾ ਐਂਪਰ ਸਾਹਿਬ ਦਾ ਸਾਫ਼ ਕਰਾ ਜੀ, ਮੇਰੇ ਤੋਂ ਪੈਟਰੋਲ ਪੈਟਰੋਲ ਮਾਰ ਕੇ ਸਾਫ਼ ਕਰ ਦੂ, ਫਿਰ ਜਿਹੜੀ ਖੜ ਖੜ ਮਾੜੀ ਮੋਟੀ ਕਰ ਦਿਉ ਸਾਰੀ ਠੀਕ ਹੋ ਜੂ। ਹੁਣ ਪੂਰਾ ਓਕੇ ਚੱਲ ਰਿਹਾ ਸਿਸਟਮ, ਅਤੇ ਹੁਣ ਮੂਹਰੇ ਪਲੇਟ ਫਿੱਟ ਕਰਦੇ ਹਾਂ। ਪਹਿਲਾਂ ਪਲੇਟ ਦਾ ਮੂੰਹ ਨੀਵਾਂ ਜਿਹਾ ਸੀ, ਹੁਣ ਆਪਾਂ ਥੱਲੇ ਦੇਖੋ ਉਹ ਫਸਾਦਾ, ਹੁਣ ਨੀਵੇਂ ਦਾ ਮੂੰਹ ਘੁੰਮਦਾ। ਬਾਕੀ ਡਬਲ ਟੇਪਾਂ ਲਾ ਕੇ ਫਿਰ ਦੂਜੀ ਪਲੇਟ ਲਾਵਾਂਗੇ। ਆਹ ਪਲੇਟ ਵੀ ਆਪਾਂ ਕੱਲ੍ਹ ਥਾਈ ਆ ਜੂਗੀ ਬਣ ਕੇ, ਮੂਹਰ ਦੀ ਪਲੇਟ ਜੇ ਯਾਰ ਨੇ ਬਣਾ ਦੇਣੀ ਆ, ਅਤੇ ਆਹ ਪਲੇਟ ਓਕੇ ਆ। ਬਾਕੀ ਡਾਊਨ ਸੀਲਿੰਗ ਦਾ ਕੰਮ ਵੀ ਕਰਨਾ, ਹਜੇ ਬੁਰਾ ਹਾਲ ਹੋ ਗਿਆ ਪਲੇਟ ਦਾ, ਦੇਖੋ ਨਵਾਂ ਹੀ ਖੁੱਲ੍ਹ ਗਈ। ਚਲੋ ਕੋਈ ਨਹੀਂ, ਲਓ ਜੀ ਮੇਰੇ ਵੀਰੋ ਸਾਰਾ ਸਾਫ਼ ਕਰਤੀ ਆਪਾਂ ਆਹ ਪਲੇਟ, ਮੈਂ ਹੁਣ ਇਹਦੇ ਉੱਤੇ ਨੇਮ ਪਲੇਟ ਲਾਉਂਦੇ ਹਾਂ, ਮੈਂ ਲਾ ਦਿਓ ਉੱਤੋਂ ਟੇਪਾਂ ਬਾਈ, ਇਹ ਫਿੱਟ ਕਰਕੇ ਫਿਰ ਹੀ ਮਿਲਦੇ ਹਾਂ ਤੁਹਾਨੂੰ। ਲਓ ਜੀ ਮੇਰੇ ਵੀਰੋ ਪਲੇਟ ਤਾਂ ਹੋ ਗਈ ਫਿੱਟ, ਹੁਣ ਦੇਖੋ ਜਮਾਂ ਹੀ ਸਿੱਧੀ ਆ, ਪਹਿਲਾਂ ਮੂੰਹ ਇਹਦਾ ਥੱਲੇ ਨੂੰ ਸੀ, ਹੁਣ ਜਮਾਂ ਇਹਦੇ ਹੱਲਾਂ ਦੇਖੋ ਤੁਸੀਂ, ਆਹੀ ਦੇਖੋ ਹੁਣ ਪੂਰੀ ਘੈਂਟ ਲਾ ਦੀ ਆ। ਬਾਕੀ ਸਿਸਟਮ ਦਾ ਹਜੇ ਥੋੜ੍ਹਾ ਜਿਹਾ ਕੰਮ ਰਹਿੰਦਾ, ਉਹ ਕਰਨ ਦੇਣ ਦਿਉ, ਫਿਰ ਆਪਾਂ ਚੱਲਦੇ ਹਾਂ ਮਿੰਟੂ ਬਾਈ ਕੋ, ਇਹਦੀ ਨਾ ਤਾਰਾਂ ਲਵਾਉਣੀਆਂ, ਦੇਖੋ ਇਹ ਤਾਰ ਆਪਾਂ ਨਵੀਂ ਤਾਰ ਹੀ ਪਵਾ ਦੇਣੀ ਆ, ਪਹਿਲੀ ਜਿਹੜੀ ਤਾਰ ਸੀ ਉਹ 'ਚ ਟੋਟੇ ਵਾਲੇ ਸੀ, ਉਹਦੇ ਕਰਕੇ ਲਾਈਟ ਨਹੀਂ ਚੱਜ ਨਾਲ ਚੱਲਦੀ ਸੀ, ਹੁਣ ਨਵੀਂ ਵੀ ਪਵਾ ਦੇਣੀ ਆਪਾਂ। ਲਓ ਜੀ ਮੇਰੇ ਵੀਰੋ, ਅਤੇ ਇਹਦੀ ਪਲੇਟ ਦੀ ਵਾਇਰਿੰਗ ਕਰਾਉਣਾ ਆਪਾਂ ਆ ਗਏ ਸੀ ਵੀਰੇ ਉਹਨਾਂ ਕੋਲ, ਅਤੇ ਹਾਂ ਇਹਦਾ ਵੀ ਕੋਈ ਨਹੀਂ ਕਰਾਵਾਂਗੇ, ਇਹਦੀ ਵਾਇਰਿੰਗ ਦੀ ਤਾਂ ਲੋੜ ਹੀ ਨਹੀਂ, ਤਾਰ ਆਉਂਦੀ ਆ ਆਪਾਂ ਇਹਦੇ ਨਾਲ ਹੀ ਲਾ ਦੇਣੀ ਆ। ਕੱਲ੍ਹ ਨੂੰ ਕਹਿੰਦਾ ਜੇ ਆਰ ਵੀ ਕੱਲ੍ਹ ਨੂੰ ਆਊਗੀ, ਅੱਛਾ ਉੱਧਰ ਉਬੀ ਮਿਸਤਰੀ ਬਣਿਆ ਹੋਇਆ, ਹਾਂ ਉਬੀ ਕੀ ਕਰਤੀ ਠੀਕ, ਕਿੱਥੇ ਵੱਜਦੀ ਸੀ ਲੈ ਉਬੀ, ਹੁਣੀ ਸਿਰਾ ਮਿਸਤਰੀ ਨੇ ਕਹਿੰਦੇ। ਲਓ ਜੀ ਪਲੇਟ ਚੱਲਦੀ ਕਰਤੀ, ਸਾਰੀ ਵੀ ਨਵੀਂ ਤਾਰ ਪਾਉਣੀ ਪਈ, ਆਹ ਜਾਂਦੀ ਆ ਦੇਖੋ ਆਹ ਨਵੀਂ ਪਾਉਣੀ ਪਈ ਤਾਰ, ਅਤੇ ਚਲੋ ਕੋਈ ਨਹੀਂ, ਚੱਲ ਉਬੀ ਮਾਰ ਸੈਲਫ ਬਾਈ, ਅਤੇ ਚਲੋ ਫਿਰ ਹੁਣ ਚੱਲੀਏ ਅਤੇ ਆਹ ਸਿਸਟਮ ਦਿਖਾਈਏ ਮਾੜਾ ਜਿਹਾ। ਲਓ ਜੀ ਮੇਰੇ ਵੀਰੋ, ਅਤੇ ਟਰੈਕਟਰ ਆਪਾਂ ਖੜਾ ਤਾ, ਇਹ ਹੁਣ ਧਵਾਉਣਾ ਨਹੀਂ, ਮਤਲਬ ਇਹ ਤਾਂ ਪਾਣੀ ਜਿਹਾ ਮਰਾ ਕੇ ਨਾ ਆਹ ਸਾਫ਼ ਕਰਾਉਣਾ, ਜਿਹੜੀ ਆਹ ਹਾਲਤ ਹੋਈ ਆ, ਮਾੜਾ ਮਾੜਾ ਹਾਲ ਹੋਇਆ ਪਿਆ ਆਹ ਮਗਰੋਂ ਵੀ ਦੇਖੋ ਨਾ, ਕਿਉਂਕਿ ਜਦੋਂ ਆਪਾਂ ਇਹਦਾ ਪੰਪ ਦਾ ਕਰਾ ਕੇ ਆਏ ਸੀ ਉਸ ਤੋਂ ਬਾਅਦ ਧਵਾਇਆ ਨਹੀਂ, ਸਿੱਧਾ ਸੀਜ਼ਨ 'ਤੇ ਲਾ ਦਿਓ ਜੀ, ਸਾਰਾ ਸਾਫ਼ ਕਰਾ ਦੇਣਾ, ਉਹ ਕਹਿੰਦੇ ਕਰ ਦਾਂਗੇ ਸਾਫ਼ ਅਤੇ ਬਾਅਦ 'ਚੋਂ ਚੱਕ ਲਾਂਗੇ, ਹੁਣ ਚੱਲਦੇ ਆਪਾਂ ਘਰੇ। ਲਓ ਜੀ ਮੇਰੇ ਵੀਰੇ, ਉਹ ਟਰੈਕਟਰ ਚਮਕ ਗਿਆ, ਇੰਜਣ ਦਿਖਾਉਂਦੇ ਆ ਤੁਹਾਨੂੰ ਮੇਨ ਤਾਂ, ਆਹ ਕੰਮ ਕਰਾਉਣਾ ਸੀ ਦੇਖੋ ਲੈ, ਪਹਿਲਾਂ ਤੋਂ ਇਹ ਦੇਖਿਆ ਉਹਨਾਂ ਤੇ ਹੁਣ ਚਮਕਾ ਦਾ, ਬਾਹਲਾ ਬੁਰਾ ਹਾਲ ਸੀ ਹੈ ਨਾ, ਹੈਂ ਮਲੋ ਜਿਹਾ ਮਾਰ ਗਿਆ ਸੀ ਜਦੋਂ ਪੰਪ ਕਰਾਇਆ ਇਹਦਾ, ਉਦੋਂ ਇੱਥੇ ਪਟਾਕਾ ਪੈ ਗਿਆ ਸੀ, ਉਹਦੇ ਕਰਕੇ ਸਾਰਾ ਤੇਲ ਨਿਕਲ ਗਿਆ ਸੀ ਬਾਹਰ, ਜੱਕ ਸਾਰਾ ਚਮਕਾ ਤਾ ਇਹਨੇ। ਲਓ ਜੀ ਮੇਰੇ ਵੀਰੇ, ਅੱਜ ਹੋ ਗਿਆ ਅਗਲਾ ਦਿਨ, ਅਤੇ ਉੱਧਰ ਬੱਦਲ ਚੈੱਕ ਕਰੋ ਦੇਖੋ, ਆਲਾ ਬੱਦਲ ਚੜਿਆ ਆਉਂਦਾ, ਹਾਂ ਬਾਈ ਕਿਵੇਂ ਗੈਂਗ, ਇਹ ਬਾਕੀ ਇੱਧਰ ਕਹਿੰਦੇ ਯੋਧਾ ਕਰਤਾ ਅਤੇ ਰੈਂਬੋ ਗਿਆ ਹੋਇਆ ਇੱਕ ਕੰਮ, ਉਹ ਵੀ ਦੱਸਾਂਗੇ ਵੀ ਰੈਂਬੋ ਕਿੱਥੇ ਗਿਆ, ਅਤੇ ਉਹ ਜਬਰਾ ਖੜਾ ਉਹ ਚੁੱਪ ਕਰ ਜਾ ਮੋਟੂ, ਸਹੀ ਗੈਂਗ ਬੈਠੀ। ਬਾਕੀ ਸੱਚ ਆਪਾਂ ਅੱਜ ਲੈ ਕੇ ਆਏ ਹਾਂ ਪਟਾਕੇ, ਪਟਾਕਿਆਂ ਦਾ ਸਟੈਕ ਲਿਆਏ ਹਾਂ, ਅਤੇ ਮੈਨੂੰ ਤਾਂ ਬਹੁਤ ਟਾਈਮ ਬਹੁਤ ਮਤਲਬ ਮੈਨੂੰ ਕਈ ਸਾਲ ਹੋ ਗਏ ਸੀ ਮੈਂ ਤਾਂ ਚਲਾਈ ਨਹੀਂ ਸੀ ਦਿਵਾਲੀ ਦੇ ਪਟਾਕੇ, ਹੁਣ ਆਪਣਾ ਵੀਰਾ ਆਇਆ ਹੋਇਆ ਬਾਹਰੋਂ ਨਿਊਜ਼ੀਲੈਂਡੋਂ, ਉਹ ਕਹਿੰਦਾ ਵੀ ਐਤਕੀ ਚਲਾਉਣੇ ਆ, ਉਹਨੂੰ ਵੀ 10 ਸਾਲ ਹੋ ਗਏ ਕਿਉਂਕਿ ਗਏ ਨੂੰ, ਅਤੇ ਉਹ ਆਇਆ ਉਹ ਕਹਿੰਦਾ ਚਲਾਉਣੀ ਚਲਾਉਣੇ ਆ, ਅਤੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਕਿਹੜੇ ਪਟਾਕੇ ਲਿਆਏ ਹਾਂ। ਇੱਧਰ ਕਰੋ ਮੇਰੇ ਵੀਰੋ ਚੈੱਕ, ਹੋਰ ਵੀਰ ਜੀ ਕੀ ਹਾਲ ਚਾਲ, ਕਹਿੰਦੇ ਮੁੰਡਾ ਅੱਜ ਕਿੰਨੇ ਸਾਲਾਂ ਬਾਅਦ ਆ ਦਿਵਾਲੀ, 8 ਸਾਲਾਂ ਬਾਅਦ ਦਿਵਾਲੀ ਆ, ਤਾਂ ਹੀ ਪਟਾਕੇ ਲਿਆਉਂਦੇ, ਕਿਉਂਕਿ ਹੁਣ ਤਾਂ ਵੱਡੇ ਹੋ ਗਏ ਸਾਨੂੰ ਤਾਂ ਇੰਨਾ ਚਾਅ ਹੈ ਨਹੀਂ ਕਿਉਂਕਿ ਦਿਵਾਲੀ ਬਾਹਲੀ ਲੇਟ ਮਨਾਉਣੀ ਆ, ਉਹ ਕਰਕੇ ਲਿਆਉਂਦੇ ਆ ਹੈ ਨਾ। ਬਾਕੀ ਚੈੱਕ ਕਰੋ ਆਹ ਦੋ ਲਿਆਉਂਦੇ ਆ ਸ਼ੋਰਟ ਵੱਡੇ, ਇੱਕ ਆਹ ਇੱਕ ਉਹ ਵਾਲਾ, ਅਤੇ ਬਾਕੀ 120 ਵਾਲਾ ਇੱਕ ਉਹ ਪਿਆ, ਇੱਕ 120 ਵਾਲਾ ਆਹ ਪਿਆ, ਆਹ 60 ਸ਼ੋਟਾਂ ਵਾਲਾ, ਹਾਂ ਆਹ 60 ਵਾਲਾ ਪਿਆ, ਅਤੇ ਆਹ ਅਸਤਵਾਜੀਆਂ ਪਈਆਂ ਨੇ ਰੋਕਟ, ਅਤੇ ਇੱਕ ਆਹ ਡੱਬਾ ਪਿਆ ਇੱਕ ਉਹ, ਅਤੇ ਅਸੀਂ ਛੋਟੇ ਛੋਟੇ ਪੰਪ ਨਹੀਂ ਲਿਆਉਂਦੇ, ਉਹ ਸਾਨੂੰ ਇੰਨਾ ਚਾਹ ਹੈ ਨਹੀਂ, ਆਹ 3 ਸ਼ੋਟ ਆਹ ਨੇ, 3 ਆਹ ਨੇ, 6 ਸ਼ੋਟ ਨੇ ਟੋਟਲ ਇਹ, ਅਤੇ ਆਹ ਹੋ ਗਏ ਬੰਬ ਦੂਜੇ, VIP ਬੰਬ ਕਹਿ ਦਿੰਦੇ ਇਹਨਾਂ ਨੂੰ, ਉਹ ਜਵਾਕਾਂ ਲਈ ਫੁੱਲ ਚੜੀਆਂ ਲਿਆਉਂਦੀਆਂ ਨੇ ਛੋਟੇ ਆਪਣੇ ਚਾਚੇ ਦੇ ਜਵਾਕ ਨੇ ਉਹਨਾਂ ਲਈ, ਅਤੇ ਆਹ ਦੂਜੇ ਮੁਰਗਾ ਬੰਬ, ਇਹਨਾਂ ਦਾ ਅੱਡ ਸਵਾਦ ਆ ਨਾ ਚਲਾਉਣ ਦਾ,
ਐਤਕੀ ਦੇਖਿਓ ਫਿਰ ਕਰਨਗੇ ਤਾੜ ਤਾੜ ਹੈਂ ਕਰੋਗੇ ਫੁੱਲ ਤੇ ਲਓ ਜੀ ਮੇਰੇ ਵੀਰੇ ਉਹ ਤੇ ਬਾਕੀ ਆਪਾਂ ਪਟਾਕੇ ਚਲਾਵਾਂਗੇ 12 ਤਰੀਕ ਨੂੰ ਅਤੇ 12 ਤਰੀਕ ਨੂੰ ਇੱਕ ਮੇਨ ਚੀਜ਼ ਦਾ ਜਿਹਦਾ ਵੇਟ ਆ ਸਾਰਿਆਂ ਨੂੰ ਮੂਸੇ ਵਾਲੇ ਵਾਲੇ ਬਾਈ ਦਾ ਗਾਣਾ ਆਉਣਾ ਕਹਿੰਦੇ ਸਿੱਧੂ ਮੂਸੇ ਵਾਲੇ ਦਾ ਅਤੇ ਬਾਕੀ ਆਪਣੀ ਪਲੇਟ ਤਿਆਰ ਹੋ ਗਈ ਟਰੈਕਟਰ ਵਾਲੀ ਉਹ ਆਪਾਂ ਹੁਣ ਨਵੇਂ ਤਰੀਕੇ 'ਚ ਤਿਆਰ ਕੀਤੀ ਆ ਅਤੇ ਉਹ ਪਲੇਟ ਲਵਾਵਾਂਗੇ ਕੱਲ੍ਹ ਨੂੰ ਪੂਰੀ ਤਰ੍ਹਾਂ ਤਿਆਰ ਹੋ ਜੂ ਅਤੇ ਮਿਲ ਜੂ ਆਪਾਂ ਨੂੰ ਅਤੇ ਬਾਕੀ ਚਲੋ ਜੀ ਆਪਾਂ ਅੱਜ ਦਾ ਵਲੋਗ ਰੀਐਂਡ ਕਰਦੇ ਹਾਂ ਅਤੇ ਸਭ ਨੂੰ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ।